अस्सलाम वालेकुम दोस्तों बुजुर्गों, की हाल चाल है। मैं तैमूर खान ते तुसी देख रहे हो यूट्यूब चैनल लव यू देसी बॉयज़। चलिए अज की रिएक्शन वीडियो में शुरू करने हैं। जो तो चैनल पर नवे आए हैं सबसक्राइब कर लो, तो वीडियो अगर अच्छी लगे तो उन्होंने लाइक कर दियो। तो शुरू करते हैं अज की रिएक्शन वीडियो में। तो बाकी पाकिस्तान ते इंडिया दी मिक्स वीडियो ने, तो देखने तो इंजॉय करते हैं। बाकी जो दोस्त भी हैं लाइक लाजमी करो वीडियो में, तो शुरू कर दें जी। फार्मर ट्रैक भी अच्छी लुक है, बाकी मॉडिफाई हो तो फिर वो पाकिस्तानी ट्रैक्टर से फीएड जिन्हों के होर स्टाइल किया हुआ है, उल्टा गया उन्हें गेयर बॉक्स लगाया गया था, सब कुछ उल्टा उल्टा है। बाकी कमाल है यार न्यू हॉलैंड की तबाही है, पूरी तबाही। अगर तो मुंजी कण गए फिर तो काफ़ी हैवी लोड है। जॉन डियर भी है, अच्छा लुक है। गाना लगा था नीले फोड़ दी, बट है फार्मर ट्रैक है। भी इंडिया ट्रेंड है गया भाई। ब्रेकां शेक कर रहे ने ट्रैक्टर की, अहें बैक पिछले टायर में ब्रेक होंगी है भाई, आने अगले टायर में ब्रेक आने। ए पाकिस्तानी एम एफ 385 सी। तो एसी अंज पली है चिट्टी रह गई, तो इंडिया पंजाब ट्रैक्टर स्वराज 855 ते पाकिस्तानी पंजाब ट्रैक्टर एम एफ 385। भाई मैं तो दोनों लाइक करना भाई। महिंद्रा लग रहा है मैं। हाँ जी महिंद्रा है। ਇਹ ਆਊਟ ਆਫ ਕੰਟਰੀ ਦੇ ਹਾਰਵੈਸਟ ਨੇ, ਇਹ ਨਾ ਪਾਕਿਸਤਾਨ ਦੇ ਨਾ ਇੰਡੀਆ ਦੇ ਹੈ, ਕਿਸੇ ਦੂਸਰੇ ਕੰਟਰੀ ਦੇ ਨੇ। ਇਹ ਜੀ ਇੰਡੀਅਨ ਮਹਿੰਦਰਾ ਮਹਿੰਦਰਾ ਅਰਜੁਨ ਹੈ। ਇਹ ਪੀ ਡੀ ਓ ਸ਼ਾਫਟ ਨਾਲ ਚੱਲ ਰਹੀ ਸੀ, ਉਸ ਟਰਾਲੀ ਜੀ ਬਣਾਈ ਹੋਈ ਸੀ। ਅਤੇ ਜੇ ਇੰਡੀਆ ਦੇ ਜਿਹੜੇ ਟਰੈਕਟਰ ਨੇ ਉਹਨਾਂ ਦੀ ਇਹੀ ਇੱਕ ਬਹੁਤ ਸਪੈਸ਼ਲ ਗੱਲ ਹੈ ਮੈਨੂੰ ਲੱਗਦੀ ਹੈ, ਕਿ ਜ਼ਿਆਦਾ ਸਪੈਸ਼ਲ ਜਿਹੜੀ ਹੈ ਕਿ ਉਹਨਾਂ ਦੀ ਜੀ ਸ਼ਾਫਟ ਆ ਨਾ, ਉਹ ਵੀ ਇੱਕ ਜ਼ੋਰ ਲਗਾਉਂਦੀਆਂ ਨੇ, ਬੈਕ ਲਾਉਂਦੀਆਂ ਨੇ, ਫਾਰਵਰਡ ਲਗਾਉਂਦੀਆਂ ਨੇ, ਮਤਲਬ ਅੱਗੇ ਪਿੱਛੇ ਜ਼ੋਰ ਲਗਾਉਂਦੀਆਂ ਨੇ। ਅਤੇ ਇਹ ਪਾਕਿਸਤਾਨੀ ਵਿੱਚ ਐਸਾ ਕੋਈ ਟਰੈਕਟਰ ਨਹੀਂ ਹੈ। ਇੱਕ ਟਰੈਕਟਰ ਆ, ਮੈਂ ਇੱਕ ਵੀਡੀਓ ਦੇਖੀ ਸੀ ਤਕਰੀਬਨ ਇੱਕ ਸਾਲ ਪਹਿਲੇ, ਇੱਕ ਟਰੈਕਟਰ ਸੀ ਫੀਐਟ, ਉਹਦੇ ਵਿੱਚ ਇਹ ਸਿਸਟਮ ਹੈਗਾ ਸੀ। ਲੇਕਿਨ ਉਹਦੇ ਵਿੱਚ ਸਿਸਟਮ ਇਸ ਤਰ੍ਹਾਂ ਸੀ ਕਿ ਉਹਨਾਂ ਨੇ ਸਿਰਫ ਰੂਟਾਵੀਟਰ ਚਲਾ ਕੇ ਦਿਖਾਈ ਸੀ ਸਾਨੂੰ ਕਿ ਰੂਟਾਵੀਟਰ ਦੋਨਾਂ ਸਾਈਡਾਂ ਚੱਲ ਸਕਦੀ ਹੈ। ਉਹ ਪਤਾ ਨਹੀਂ ਕਿਸ ਨਾਲ ਕੀਤਾ ਹੈ, ਲੇਕਿਨ ਇੱਕ ਟਰੈਕਟਰ ਮੈਂ ਸਿਰਫ ਦੇਖਿਆ ਹੈ, ਬਾਕੀ ਪਾਕਿਸਤਾਨ 'ਚ ਹੋਰ ਕੋਈ ਟਰੈਕਟਰ ਨਹੀਂ ਹੈਗੇ ਜਿਹੜੇ ਇਸ ਤਰ੍ਹਾਂ ਚੱਲਦੇ ਨੇ। ਇਹ ਮਤਲਬ ਹੈ ਇੰਡੀਆ ਵਿੱਚ ਇਹ ਇੱਕ ਨਾਰਮਲ ਗੱਲ ਹੈ। ਬਾਕੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ, ਜਿਹੜੇ ਤੁਸੀਂ ਚੈਨਲ 'ਤੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਦਿਓ। ਬਾਕੀ ਜਿਹੜਾ ਕੋਈ ਕਲਿੱਪ ਅੱਛਾ ਲੱਗਿਆ ਉਹਦੇ, ਔਰ ਕੋਈ ਇੱਕ ਕਲਿੱਪ ਅੱਛਾ ਲੱਗਾ ਉਹਦੇ ਬਹਾਨੇ ਨਾਲ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ, ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ, ਬਹੁਤ ਸਾਰਾ ਪਿਆਰ। ਅੱਲਾ ਹਾਫਿਜ਼।